मुस्लिम नौजवान सभा पंजाब अते मुस्लिम फेडरेशन ऑफ पंजाब दे वल्लों कीता गया रोस मार्च। मामला हर जगह दे उपर मुसलमाना दे खिलाफ कीती जा रही हिंसा दा। इस रोस मार्च दे दौरान वड्डी गिनती च सिख भाईचारे ने भी कीती शिरकत। भारत विच घट गिनती विच रह गए मुस्लिम भाईचारे के खिलाफ जगह जगह हो रही हिंसा के खिलाफ मलेरकोटला दियां समूह मुस्लिम जथेबंदियां दे वल्लों शहर के अंदर रोस मार्च कढ़िया गया अते देश के राष्ट्रपति के नाम से एक मैमोरेंडम डिप्टी कमिश्नर मलेरकोटला दे राही भेजा गया, जिथे कि जुमातुल मुबारक दे पवित्र दिहाड़े यानी कि जुमे की नमाज तो बाद कड़क दी धुप अते रोजे दे दौरान अपनी कौम प्रति नौजवानों का जोश वेखण वाला सी। इस दौरान हिंदू मुस्लिम सिख एकता जिंदाबाद नारे तकबीर अल्लाह अकबर अते आवाज दो हम एक हैं दे नारियां दे नाल सारा शहर गूंज उठिया। भारत च घट गिनतियां ते हो रहे जुल्म दे खिलाफ मुस्लिम फेडरेशन पंजाब दे वल्लों स्थानक सरंदी गेट तो रोस मार्च शुरू किया गया, जो कि स्थानक डीसी दफ्तर दे विच जाके खत्म होया। हिंदुस्तान दे विच मुसलमाना नाल बदले दी भावना नाल सेंटर दी सरकार कर रही है, उस दे विरोध दे विच अज असी रोस मार्च कर रहे हैं तां जो मुसलमाना नाल धक्केशाही बंद हो सके। ये बीजेपी सरकार करा रही है, जान बुझ के टारगेट कर रही है मुसलमाना नूं। तो हालांकि तो कुछ कर्मा के उत्ते मंदिर की उत्ते मंदिर जो मंदिर की बारी आई जी कहते सेंटर हाई सुप्रीम कोर्ट के ऑर्डर आ गए, मस्जिद का गेट आने तो बाद जी इन्ह को ऑर्डर आ गए और मुसलमाना के बच्चों नजायज टारगेट किया जा रहा, जिन्हें घर ढाए ने गरीब बच्चे सड़कों के उपर आ गए उन्होंने जायजाद वापस की जाए, नहीं असी इस तो वध रोस मुजहरे करांगे सड़कों के उत्ते असी धरने देवांगे। जिहड़ी मोदी सरकार आ घट गिनतियां नूं कुचलना चाहुंदी आ, कदे मुसलमान नाल धक्का, कदे सिखां नाल धक्का, कदे जट वीरां नाल धक्का। इन्हां नूं तां इह आ वी इह इत्थों जिहड़ा हिंदुस्तान आ इह कहिंदे ने वी हिंदुस्तान कल्ला हिंदुआं दा, इह उहनां दे बाप दी जागीर थोड़ा आ। सारे मुसलमानां ने आजादी वास्ते आपदा खून पसीना खून दीआं कुरबानियां दे के इहनूं इहनूं हिंदुस्तान नूं आजाद कराया, अज उह कहिंदे ने वी हिंदुस्तान कल्ला हिंदुआं दा। कित्थे लिखिआ, किहड़े संविधान दे विच लिखिआ आ ਇਹ ਸਾਨੂੰ ਵੰਡਣਾ ਚਾਹੁੰਦੇ ਹਨ। ਉਧਰ ਦੂਜੇ ਪਾਸੇ ਮੁਸਲਿਮ ਨੌਜਵਾਨ ਸਭਾ ਪੰਜਾਬ ਵੱਲੋਂ ਜਾਮਾ ਮਸਜਿਦ ਨਵਾਂ ਕਿਲਾ ਰਹਿਮਤਗੜ੍ਹ ਤੋਂ ਈਦਗਾਹ ਰਹਿਮਤਗੜ੍ਹ ਤੱਕ ਰੋਸ ਮਾਰਚ ਦੌਰਾਨ ਮੰਗ ਪੱਤਰ ਲੈਣ ਦੇ ਲਈ ਪਹੁੰਚੇ ਨਾਇਬ ਤਹਿਸੀਲਦਾਰ ਸੁਖਜਿੰਦਰ ਕੁਮਾਰ ਨੂੰ ਮੰਗ ਪੱਤਰ ਦਿੱਤਾ ਗਿਆ, ਜਿੱਥੇ ਕਿ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਐਡਵੋਕੇਟ ਮੁਈਨ ਫੁਰਕੀ ਅਤੇ ਮੁਸਲਿਮ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਅਰਸ਼ਦ ਮੁਨਸੀ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਅਤੇ ਘੱਟ ਗਿਣਤੀਆਂ ਦੇ ਖਿਲਾਫ ਹਿੰਸਾ ਕਿਸੇ ਵੀ ਕੀਮਤ ਦੇ ਉੱਪਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਕੁਝ ਦੇਸ਼ ਵਿਰੋਧੀ ਤਾਕਤਾਂ ਇਸ ਅਮਨ ਸ਼ਾਂਤੀ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ 'ਚ ਹਨ। ਮੁਸਲਿਮ ਸਮਾਜ ਦੇ ਰਹਿਬਰਾਂ ਨੂੰ ਬਿਨਾਂ ਵਜ੍ਹਾ ਝੂਠੇ ਪਰਚੇ ਪਾ ਕੇ ਜੇਲ੍ਹਾਂ 'ਚ ਬੰਦ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਅਤੇ ਸੰਵਿਧਾਨਿਕ ਅਦਾਰੇ ਸਭ ਕੁਝ ਜਾਣਦੇ ਹੋਏ ਵੀ ਜਾਣ ਬੁੱਝ ਕੇ ਤਮਾਸ਼ਾ ਵੇਖ ਰਹੇ ਨੇ। ਉਹਨਾਂ ਨੇ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਮੁਸਲਮਾਨਾਂ ਦੇ ਇਲਾਕਿਆਂ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਆਤੰਕ ਮਚਾਇਆ ਜਾ ਰਿਹਾ ਹੈ। ਲੋਕਾਂ ਨੂੰ ਅਪਸ਼ਬਦ ਬੋਲੇ ਜਾ ਰਹੇ ਨੇ ਅਤੇ ਧਾਰਮਿਕ ਸਥਾਨਾਂ ਨੂੰ ਨੁਕਸਾਨ ਵੀ ਪਹੁੰਚਾਇਆ ਜਾ ਰਿਹਾ ਹੈ, ਜਿੱਥੇ ਕਿ ਦੇਸ਼ ਦੇ ਅੰਦਰ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਕਿ ਨਫ਼ਰਤ ਤੋਂ ਇਲਾਵਾ ਕੁਝ ਵੀ ਦਿਖਾਈ ਨਾ ਦੇਵੇ। ਹਾਲਾਂਕਿ ਹਿੰਦੂ ਮੁਸਲਮਾਨ ਸਾਡੇ ਮਲੇਰਕੋਟਲੇ ਰਹਿੰਦੇ ਨੇ, ਅੱਜ ਤੱਕ ਸਾਡੀ 60 ਸਾਲ ਦੀ ਉਮਰ ਹੋ ਗਈ, ਕਦੇ ਕਿਸੇ ਨੂੰ ਐਂ ਨਹੀਂ ਸਮਝਿਆ ਵੀ ਹਿੰਦੂ ਆ ਜਾਂ ਮੁਸਲਮਾਨ ਆ, ਅਸੀਂ ਇਕੱਠੇ ਰਹਿੰਦੇ ਹਾਂ, ਇੱਦਾਂ ਬਣਾਉਂਦੇ ਹਾਂ, ਰੋਜ਼ਿਆਂ ਵਿੱਚ ਸਾਡੇ ਕੋਲ ਅਵਤਾਰੀ ਕਰਦੇ ਨੇ, ਖੋਲ੍ਹਦੇ ਵੀ ਨੇ, ਰੱਖਦੇ ਵੀ ਨੇ ਜੀ। ਕਦੇ ਵੀ ਐਸੀ ਮਾਹੌਲ ਨਹੀਂ ਹੋਈ ਜਿੱਦਾਂ ਮੋਦੀ ਆਇਆ, ਇਹਨੇ ਸਾਰੀ ਦੁਨੀਆ ਨੂੰ ਖੜਾ ਕੇ ਰੱਖਤਾ, ਹਿੰਦੂਵਾਦ ਕਰੀ ਹੋਇਆ, ਇਹ ਕਰਨਾ ਨਹੀਂ ਚਾਹੀਦਾ ਇਹਨੂੰ ਕਰਨਾ ਚਾਹੀਦਾ ਹਕੁੱਲਾਬਾਦ। ਆਪਾਂ ਨੇ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣਾਇਆ, ਆਪਣਾ ਬਾਦਸ਼ਾਹ ਹੈ, ਬਾਦਸ਼ਾਹ ਨੂੰ ਸਾਰੀ ਨਿਗਾਹ ਦੇ ਨਾਲ ਇੱਕ ਨਿਗਾਹ ਨਾਲ ਦੇਖਣਾ ਚਾਹੀਦਾ ਇਨਸਾਨ ਨੂੰ, ਐਂ ਨਹੀਂ ਦੇਖਣਾ ਚਾਹੀਦਾ ਵੀ ਆਪਣੀ ਕੌਮ ਨੂੰ ਦੇਖ ਕੇ ਵੀ ਉਹਨੂੰ ਉੱਚਾ ਚੱਕੀ ਦੂਜੀ ਨਿਮਾ ਕਰੀਏ। ਇੱਕ ਦਿਨ ਇਨਸਾਨ ਨੂੰ ਮੌਤ ਆਉਣੀ ਆਉਣੀ ਆ, ਸੁੱਤਾ ਪਿਆ ਰਹਿ ਜੂਗਾ ਇਨਸਾਨ, ਇਹ ਉਰੀ ਰਹਿ ਜੂਗਾ ਸਾਰਾ ਕੁਛ, ਇਹ ਉਰੀ ਰਹਿ ਜਾਣਾ ਸਾਰਾ ਕੁਛ, ਸੁੱਤਾ ਪਿਆ ਹੀ ਰਹਿ ਜੂਗਾ ਜੀ, ਮੁੜ ਕੇ ਫਿਰ ਕੀ ਹੱਥ ਆਉਣਾ। ਲੋਕ ਬਾਅਦ 'ਚ ਬਦਦੁਆਵਾਂ ਦਿੰਦੇ ਨੇ, ਗਾਲਾਂ ਕੱਢਦੇ ਨੇ, ਐਸੇ ਇਨਸਾਨੀਅਤ ਨਾਲ ਚੱਲਣਾ ਚਾਹੀਦਾ ਇਨਸਾਨ ਨੂੰ, ਸਾਰੀ ਦੁਨੀਆ ਨੂੰ ਇੱਕ ਅੱਖ ਨਾਲ ਦੇਖਣਾ ਚਾਹੀਦਾ। ਬਹੁਤ ਰੋਸ ਹੈ ਜੀ ਮੁਸਲਮਾਨ ਭਾਈਚਾਰੇ ਦੇ ਵਿੱਚ। ਦੇਖੋ ਜਿਹੜਾ ਇਹ ਘੱਟ ਗਿਣਤੀਆਂ ਦੇ ਹਮਲੇ ਕਰਨ ਲੱਗੀ ਹੈ ਮੋਦੀ ਸਰਕਾਰ, ਇਹਨੂੰ ਬੰਦ ਕਰਨਾ ਚਾਹੀਦਾ ਹੈ। ਇਸ ਦੇ ਵਿਸ਼ੇ 'ਚ ਇਹ ਮੰਗ ਪੱਤਰ ਦਿੱਤਾ ਜਾ ਰਿਹਾ ਹੈ, ਅੱਗੇ ਫਿਰ ਰੋਸ ਮੁਜ਼ਾਹਰੇ ਨੇ ਵਧਾਏ ਜਾਣਗੇ, ਇਹ ਜਗ੍ਹਾ ਜਗ੍ਹਾ ਪ੍ਰਦਰਸ਼ਨ ਕੀਤੇ ਜਾਣਗੇ।
सरकार नू गोडे टेकने पैणगे। इस जिहड़ी इह नीति फड़ी हुई है इहने पहलां साडे आलमां नू इहनां ने अरैसट करके जेल छड़ता, उहनां दी जमानतां नहीं हो रहीआं बिना झूठे परचे पा के उहनां ते, वह भी सारे मामले ने। फिर हुण जगह जगह कितें बुलडोजर चलाता, कितें कोई मस्जिद का मामला, कितें हिजाब का मामला, हर जगह मुसलमानों नू टारगेट किया जा रहा है। तो बहुत ही निंदनीय हो गया, निंदा करते हैं असीं इहदी। कई जगह तो सरकार की शह के नाल मुस्लिम लोगों दी प्रॉपर्टियां भी जान पछाण के बुलडोजर के नाल टैटेरी कीतियां जा रही ने, जिस कारण देश अते दुनिया भर के मुस्लिम समाज के विच रोस है। इस मौके सिख भाईचारे के वलों भी इस रोस मार्च के विच बाबा गुरजंट सिंह हैड ग्रंथी गुरद्वारा सिंह सभा साहिब, सरदार अमृतबीर सिंह, सरदार प्रीतम सिंह, सरदार दलविंदर सिंह अते जमीन प्राप्ति संघर्ष कमेटी के आगुआ ने शिरकत की। इस मौके मुस्लिम फैडरेशन के आगू हाजी जमील अख्तर, अब्दाली शौकत अली, मुहम्मद जमील, मुहम्मद तारिक, मुहम्मद फुरकान आदि ने शिरकत की अते नारे नूं बुलंद किया। अज तक मुसलमानों का कोई साथ नहीं था, मुसलमानों तो यही कहते हैं भी इन्हों की आए करो, ये अजान बंद कर दो, इन्हों आए कर दो, ये मस्जिद ढा दो, इन्हों को आही कुछ है। अल्लाह इन्हों हदायत दे दे, नहीं इन्हों का भला नहीं हो सकता। कोई जिहड़ा मुसलमान भाईचारा दी साडे पूरे पंजाब दे विच अज इस नूं फिरका परस्ती दे विच मंड दिता जा रहा है। इस मोदी सरकार ने कोई कसर नहीं छड्डी साडे सिखां दे भाइयां दे विच, हाँ जी दलित भाइयों के और मुसलमान भाइयों के आपस में तोड़ पैदा करन दी। हुण तक के सानू आपस में लड़ाउंदे आए ने, हुण तक के इन्होंने तोड़ पैदा करके हाँ जी अपनिया राजनीतियां उपर रखे इन्होंने। इस करके जिहड़ा हुण आने वाला टाइम है, हालात दिन बर दिन बदतर होंदे जा रहे हैं, उसके वास्ते हाँ जी मुसलमान भाईचारे और हिंदू सिख भाईचारे दलित भाईचारे सब एक हो के मोदी सरकार मुंह तोड़ जवाब देना पा। तुसी इस सारी की सारी गलबात अते मुसलमानों के नाल कीती जा रहे धक्के के खिलाफ उठ रही आवाज के बारे में की कहना चाहोगे, कमेंट सैक्शन आके अपनी राय साझी करना बिलकुल भी ना भुलना। साडे यूट्यूब चैनल नूं सबसक्राइब करो।